ਬੜੀ ਮੰਦਭਾਗੀ ਘਟਨਾ ਵੀ ਉਸਨੇ ਹੇਟ ਕ੍ਰਾਈਮ ਦੇ ਤੌਰ ਤੇ ਕੀਤਾ ਜਾਂ ਹੋਰ ਕਿਸੇ ਤਰੀਕੇ ਦੇ ਕੀਤਾ ਸਾਨੂੰ ਇਸ ਦੇ ਬਾਰੇ ਕੋਈ ਡਿਟੇਲ ਨਹੀਂ ਪਤਾ ਇਸ ਵੇਲੇ ਪਰ ਇਹੋ ਹੀ ਸੋਚ ਸਕਦੇ ਵੀ ਇਸ ਤਰ੍ਹਾਂ ਦਾ ਕੋਈ ਗੱਲ ਹੋਈ ਹੋਊਗੀ ਸੋ ਮੈਂ ਹੁਣੇ ਸੁਣ ਕੇ ਆ ਜਿੱਦਾਂ CNN ਤੋਂ ਪੁਲਿਸ ਚੀਫ ਨੇ ਜੋ ਉੱਥੇ ਸਟੇਟਮੈਂਟ ਦਿੱਤੀ ਹੈਗੀ ਆ ਵੀ ਪਹਿਲਾਂ ਜਦੋਂ 10:30 ਉੱਥੋਂ ਦੇ ਲੋਕਲ ਟਾਈਮ ਤੇ ਪਹਿਲਾਂ ਪੁਲਿਸ ਵਾਲਾ ਆਇਆ ਉਸ ਦੇ ਨਾਲ ਵੀ ਗੋਲੀ ਚੱਲੀ ਉਹ ਜਿਹੜਾ ਸ਼ੂਟਰ ਸੀਗਾ ਉਸਨੇ ਗੋਲੀਆਂ ਉਸਦੇ ਉੱਤੇ ਚਲਾਈਆਂ ਤੇ ਪੁਲਿਸ ਵਾਲੇ ਨੇ ਉਹਦੇ ਉੱਤੇ ਵਾਪਸ ਐਕਸਚੇਂਜ ਕੀਤਾ ਫਾਇਰ ਤੇ ਪੁਲਿਸ ਵਾਲਾ ਇਸ ਵੇਲੇ ਆਪਣੇ ਹਸਪਤਾਲ ਵਿੱਚ ਹੈਗਾ ਸਰਜਰੀ ਚੱਲ ਰਹੀ ਆ 5 ਉਹਦੇ ਗੋਲੀਆਂ ਲੱਗੀਆਂ ਸਨ ਤੇ ਜਿਹੜਾ ਸ਼ੂਟਰ ਆ ਜਿਹੜੀ ਪੁਲਿਸ ਚੀਫ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਵੀ ਉਹ ਜਿੱਥੋਂ ਤਾਈ ਉਹਨਾਂ ਨੂੰ ਪਤਾ ਵੀ ਉਹ ਮਰ ਚੁੱਕਾ ਹੈਗਾ ਆ ਉੱਥੇ ਪਿਆ ਆ ਉਹਦੀ ਬਾਡੀ ਬਾਹਰ ਪਈ ਹੋਈ ਆ ਆਪਣੇ ਪਾਰਕਿੰਗ ਲਾਟ ਦੇ ਵਿੱਚ ਔਰ ਪੁਲਿਸ ਚੀਫ ਨੇ ਦੱਸਿਆ ਵੀ ਅੰਦਰ 4 ਬਾਡੀਜ਼ ਅੰਦਰ ਗੁਰਦੁਆਰਾ ਸਾਹਿਬ ਆਪਣੇ ਮ੍ਰਿਤੂ ਪਈਆਂ ਨੇ ਅਤੇ 3 ਬਾਹਰ ਆ ਜਿਸ ਦੇ ਵਿੱਚ ਵੀ ਇੱਕ ਸ਼ੂਟਰ ਵੀ ਹੈਗਾ ਸੋ 7 ਮੌਤਾਂ ਹੋ ਚੁੱਕੀਆਂ ਨੇ ਇਸ ਵੇਲੇ ਉੱਥੇ ਵਿਸਕਾਂਸਨ ਗੁਰਦੁਆਰੇ ਵਿੱਚ ਅਤੇ ਪੁਲਿਸ ਵਾਲਿਆਂ ਨੇ ਸਾਰਾ ਆਲਰੇਡੀ ਗੁਰਦੁਆਰੇ ਦੀ ਅੰਦਰ ਜਾ ਕੇ ਸਾਰਾ ਕੁਝ ਦੇ ਚੁੱਕਾ ਉਹਨਾਂ ਨੂੰ ਹੋਰ ਕੋਈ ਇਸ ਵੇਲੇ ਸ਼ੂਟਰ ਨਹੀਂ ਲੱਭਾ ਪਰ ਉਹਨਾਂ ਨੇ ਇਹ ਸਟੇਟਮੈਂਟ ਜ਼ਰੂਰ ਦਿੱਤੀ ਆ ਵੀ ਸੰਗਤ ਵੱਲੋਂ ਇਹ ਜ਼ਰੂਰ ਆਇਆ ਵੀ ਹੋ ਸਕਦਾ ਵੀ 1 ਤੋਂ ਜ਼ਿਆਦਾ ਸ਼ੂਟਰ ਹੋਣ ਪਰ ਪੁਲਿਸ ਵਾਲਿਆਂ ਨੇ ਹਾਲੇ ਤਾਂ 1 ਹੀ ਕਨਫਰਮ ਕੀਤਾ ਹੈਗਾ ਆ ਅਤੇ ਉਹ ਆਸੇ ਪਾਸੇ ਛਾਣਬੀਨ ਕਰ ਰਹੇ ਆ ਵੀ ਕੀ ਹੋਇਆ ਸੋ ਮੈਂ ਫਿਰ ਕਹਿੰਦਾ ਆ ਵੀ ਇਹ ਸਿੱਖ ਕਮਿਊਨਿਟੀ ਵਾਸਤੇ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਆ ਜਿਹੜਾ ਵੀ ਗੁਰੂ ਘਰ ਵਿੱਚ ਆ ਕੇ ਜਿੱਥੇ ਵੀ ਅਸੀਂ ਨਾਮ ਜਪਦੇ ਹਾਂ ਗੁਰੂ ਘਰ ਗੁਰੂ ਦਾ ਨਾਮ ਲੈਂਦੇ ਹਾਂ ਬਾਕੀ ਦੀ ਕਮਿਊਨਿਟੀਆਂ ਨੂੰ ਵੀ ਅਸੀਂ ਵੈਲਕਮ ਕਰਦੇ ਹਾਂ ਵੀ ਤੁਸੀਂ ਇੱਥੇ ਆਓ ਉੱਥੇ ਆ ਕੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਹੋਵੇ ਸਿੱਖ ਕਮਿਊਨਿਟੀ ਦੇ ਵਿੱਚ ਡਰ ਵੀ ਅਸੀਂ ਸੋਚਦੇ ਹਾਂ ਕਿ ਡਰ ਵੀ ਪੈ ਸਕਦਾ ਆ ਵੀ ਇਸ ਤਰ੍ਹਾਂ ਦਾ ਗੁਰਦੁਆਰੇ ਜਾਣ ਲੱਗੇ ਸੰਗਤ ਸੋਚੇ ਵੀ ਹਾਏ ਵੀ ਇੱਦਾਂ ਦਾ ਕਿਤੇ ਸਾਡੇ ਗੁਰਦੁਆਰੇ ਨਾ ਹੋ ਜਾਵੇ ਪਰ ਨਾਲ ਦੀ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਇੱਥੋਂ ਦੀ ਸਾਡੀ ਕੈਲੀਫੋਰਨੀਆ ਦਾ ਪਤਾ ਕਿ ਜਿਹੜੀ ਸਾਡੀ ਆਪਣੀ ਲਾ ਇਨਫੋਰਸਮੈਂਟ ਹੈਗੀ ਉਹ ਸਾਡੇ ਨਾਲ ਹੈਗੀ ਆ ਅਸੀਂ ਉਹਨਾਂ ਨੂੰ ਵੀ ਤਲਕਾਤ ਕਰ ਰਹੇ ਹਾਂ ਵੀ ਉਹ ਘੱਟ ਤੋਂ ਘੱਟ ਸਿੱਖ ਕਮਿਊਨਿਟੀ ਨੂੰ ਇਸ ਦੇ ਬਾਰੇ ਸਹਿਯੋਗ ਦੇਣ ਉਹਨਾਂ ਨੂੰ ਕਾਨਫੀਡੈਂਸ ਦੇਣ ਵੀ ਇੱਦਾਂ ਦੀ ਇੱਥੇ ਕੋਈ ਘਟਨਾ ਨਹੀਂ ਹੋਊਗੀ ਸੋ ਅਸੀਂ ਉਹਨਾਂ ਤੋਂ ਵੀ ਇਹ ਮੰਗ ਕਰਦੇ ਹਾਂ ਵੀ ਜਿਹੜੀ ਇੱਥੋਂ ਦੀ ਲੋਕਲ ਲਾ ਇਨਫੋਰਸਮੈਂਟ ਹੈਗੀ ਆ ਜੋ ਗੌਰਮੈਂਟ ਹੈਗੀ ਆ ਵੀ ਅੱਗੇ ਤੋਂ ਇੱਦਾਂ ਦੀ ਘਟਨਾ ਤੋਂ ਰੋਕਣ ਵਾਸਤੇ ਸਿੱਖਾਂ ਦੇ ਉੱਤੇ ਇਸ ਤੋਂ ਬਚਾਅ ਕਰੂ ਇਹਨਾਂ ਕਹਿੰਦਾ ਹੈ ਜੀ ਹਾਂਜੀ ਮੈਂ ਜਿਸ ਤਰ੍ਹਾਂ ਕਿਹਾ ਵੀ ਅਸੀਂ ਇੱਥੋਂ ਦੀ ਲੋਕਲ ਪੁਲਿਸ ਦੇ ਨਾਲ ਜਨਰਲ ਅਟਾਰਨੀ ਦੇ ਨਾਲ ਅਸੀਂ ਜ਼ਰੂਰ ਗੱਲ ਕਰਾਂਗੇ ਆਪਣੀ ਸੰਗਤ ਨੂੰ ਵੀ ਇਹ ਵਿਸ਼ਵਾਸ ਦਿੰਦੇ ਹਾਂ ਵੀ ਜਿਸ ਤਰ੍ਹਾਂ ਸਾਡਾ ਇੱਥੇ ਸਹਿਨ ਹੋਜੇ ਗੁਰਦੁਆਰੇ ਦੀ ਅਸੀਂ ਮੈਂ ਗੱਲ ਕਰ ਸਕਦਾ ਵੀ ਸਾਡੀ ਲੋਕਲ ਕਮਿਊਨਿਟੀ ਦੇ ਨਾਲ ਕਾਫੀ ਚੰਗੇ ਤਲਕਵਾਦ ਹੈਗੇ ਨੇ ਅਤੇ ਅਸੀਂ ਨਹੀਂ ਸੋਚਦੇ ਵੀ ਇੱਦਾਂ ਦੀ ਕੋਈ ਗੱਲ ਇੱਥੇ ਹੋ ਸਕਦੀ ਆ ਪਰ ਰੱਬ ਨੂੰ ਕੀ ਪਤਾ ਕਿ ਰੱਬ ਨੂੰ ਕੀ ਕੀ ਅੱਗੇ ਕੀ ਹੋ ਸਕਦਾ ਸੋ ਅਸੀਂ ਇੱਥੋਂ ਦੀ ਲੋਕਲ ਲਾ ਇਨਫੋਰਸਮੈਂਟ ਦੇ ਨਾਲ ਜ਼ਰੂਰ ਇਹ ਗੱਲ ਕਰਾਂਗੇ ਵੀ ਉਹ ਇੱਥੇ ਗੇੜਾ ਦੇਣ ਜਾਂ ਦੇ ਕੇ ਰੱਖਣ ਵੀ ਇੱਦਾਂ ਦਾ ਕੋਈ ਇੱਥੇ ਜਿਹੜਾ ਕੋਈ ਸ਼ੂਟਰ ਇੱਦਾਂ ਦਾ ਕੋਈ ਉਹਦੇ ਮਨ 'ਚ ਇੰਨਾ ਜ਼ਰੂਰ ਡਰ ਹੋਵੇ ਵੀ ਇੱਥੇ ਆਊਗਾ ਅਤੇ ਉਹਨੂੰ ਕੋਈ ਨਾ ਕੋਈ ਸੰਗਤ ਦੇ ਵੱਲੋਂ ਕੋਈ ਅੱਗੋਂ ਜਵਾਬ ਮਿਲੂਗਾ You're a professor here, Tusi Professor here at Gurdwara Sahib at the Khalsa School. Tusi dass sakde hain ki what were your feelings on it? Tusi, you know, every weekend you teach kids here. There were kids involved in this event as well. Tell me what effect it had on you. What was your initial reaction? It was a very unfortunate and very sad incident for Sikhs all over the world. 7 innocent souls have lost their lives. We are a peace-loving community, and wherever we have been, you know, we live very well together with our communities around us. So it's very unfortunate that this happened. And children, of course, we are going to be educating them, you know, as to this has nothing to do with Sikh principles. Now this is one odd incident that happened. So we are very, we have all of our sympathies for the families who lost their near ones. And we'll be praying for the peace of their souls. And whatever other way we can help from there, we will try to help. Thank you. Okay, I want to hand over to Ivar Wiesing, the
Bhai Balbir Singh ji is from Fremont Gurdwara Sahib. So Bhai Sahib ji, if you can just tell us what your initial reactions were when you heard the news. How did you find out to see kitta find out the news kitta? ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ ਧੰਨਵਾਦੀ ਹਾਂ ਆਪ ਜੀ ਦਾ ਜੋ ਆਪ ਚੱਲ ਕੇ ਆਏ ਹੋ ਜੋ ਖਬਰ ਸਵੇਰੇ ਅੱਜ ਤਕਰੀਬਨ ਸਾਨੂੰ 10 ਵਜੇ ਦੇ ਟਾਈਮ ਨਾਲ ਮਿਲੀ ਬਹੁਤ ਹੀ ਮਨਭਾਗੀ ਹੈ ਜਿਸ ਤਰ੍ਹਾਂ ਭਾਈ ਸਾਹਿਬ ਹੋਰਾਂ ਨੇ ਦੱਸਿਆ ਹੈ ਇਸ ਦਾ ਜੋ ਰਿਐਕਸ਼ਨ ਹੈ ਉਹ ਤਾਂ ਸੰਗਤ 'ਤੇ ਕੁਦਰਤੀ ਹੈ ਪੈਣਾ ਹੀ ਹੈ ਪਰ ਜੋ ਸਾਡੇ ਇਲਾਕੇ ਦਾ ਇਸ ਸਿਲੀਕਨ ਵੈਲੀ ਜਾਂ ਬੇ ਏਰੀਏ ਦਾ ਜੋ ਮੂਵਮੈਂਟ ਹੈ ਉਸ ਵੇਲੇ ਤਕਰੀਬਨ 10 ਵਜੇ ਸਾਨੂੰ ਪਤਾ ਲੱਗਿਆ ਅਤੇ 10:30 ਵਜੇ ਪੁਲਿਸ ਗੁਰਦੁਆਰੇ ਆ ਗਈ ਸੀ ਕਿ ਤੁਹਾਡੇ ਸਿਰ ਪੁੱਛਣ ਵਾਸਤੇ ਕਿ ਸ਼ਾਂਤੀ ਹੈ ਜਾਂ ਕੋਈ ਐਸੀ ਜੈਸੀ ਘਟਨਾ ਤਾਂ ਨਹੀਂ ਵਾਪਰੀ ਇਸ ਕਰਕੇ ਪੁਲਿਸ ਕਾਫੀ ਅਲਰਟ ਹੈ ਇੱਥੇ ਦੂਸਰੀ ਗੱਲ ਇਹ ਵੀ ਹੈ ਕਿ ਜਿੱਥੇ ਘਟਨਾ ਵਾਪਰੀ ਹੈ ਵਿਸਕੌਨਸਿਨ ਉੱਥੇ ਹਾਲਾਤ ਜੋ ਹਨ ਉਹ ਬਹੁਤ ਹੀ ਵਾਈਟ ਕਮਿਊਨਿਟੀ ਹੈ ਬਹੁਤੇ ਗੋਰੇ ਨੇ ਇੱਥੇ ਸਾਡੀ ਕਮਿਊਨਿਟੀ ਜਿਹੜੀ ਹੈ ਬੇ ਏਰੀਏ ਦੇ ਵਿੱਚ ਖਾਸ ਕਰਕੇ ਇਹ ਸਾਰੀ ਮਿਕਸ ਹੈ ਜੋ ਹੇਟ ਕ੍ਰਾਈਮ ਹੈ ਇੱਥੇ ਉੱਥੇ ਨਾਲੋਂ ਬਹੁਤ ਕਮ ਹੈ ਸੋ ਇੱਥੇ ਮੇਰਾ ਖਿਆਲ ਨਹੀਂ ਕੋਈ ਇਹੋ ਜਿਹੀ ਘਟਨਾ ਵਾਪਰੇਗੀ ਅੱਗੇ ਗੁਰੂ ਸਾਹਿਬ ਜਾਣਦੇ ਨੇ ਕਿ ਕੀ ਹੋਣਾ ਜਾਂ ਕੀ ਨਹੀਂ ਹੋਣਾ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪਿਆਰੇ ਮਿੱਤਰ ਸਰਦਾਰ ਸੋਹਲ ਸਾਹਿਬ ਜੀ ਉਹ ਆਪ ਜੀ ਨੂੰ ਇਸ 'ਤੇ ਵਿਚਾਰਨਾ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਇੱਦਾਂ ਦੀਆਂ ਜਿਹੜੀਆਂ ਘਟਨਾ ਆ ਉਹਨਾਂ ਨੂੰ ਪ੍ਰੋਡਿਕਟ ਕਰਨਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਜਿਹੜੇ ਇਗਨੋਰੈਂਟ ਬੰਦੇ ਨੇ ਜਿਹਨਾਂ ਨੂੰ ਧਰਮ ਬਾਰੇ ਨਹੀਂ ਪਤਾ ਜਾਂ ਲੋਕ ਦੂਸਰੇ ਧਰਮਾਂ ਨੂੰ ਹੇਟ ਕਰਦੇ ਆ ਉਹ ਕਦੀ ਵੀ ਕਿਸੇ ਵੀ ਪਲੇਸ 'ਤੇ ਇੱਦਾਂ ਦੀ ਹਰਕਤ ਕਰ ਸਕਦੇ ਆ ਇਸ ਇੰਸੀਡੈਂਟ ਤੋਂ ਸਾਨੂੰ ਆਪਣੇ ਆਪ ਲਈ ਸਾਡੀ ਸੈਲਫ ਡਿਫੈਂਸ ਦੇ ਲਈ ਸਾਡੇ ਗੁਰਦੁਆਰੇ ਸਾਹਿਬਾਂ ਨੂੰ ਕਮੇਟੀਆਂ ਨੂੰ ਸਾਡਾ ਆਪਣਾ ਅਰੇਂਜਮੈਂਟ ਕਰਨਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਅਸੀਂ ਕਿਸੇ 'ਤੇ ਡਿਪੈਂਡ ਨਹੀਂ ਖਾਲਸਾ ਕਿਸੇ 'ਤੇ ਕਰਦਾ ਸੋ ਸਾਨੂੰ ਇੱਕ ਇਹ ਚੈਲੰਜ ਹੈ ਕਿ ਜਿੱਥੇ ਜਿੱਥੇ ਵੀ ਸਿੱਖਾਂ ਨੇ ਆਪਣੇ ਗੁਰਦੁਆਰੇ ਬਣਾਏ ਆ ਜਿੱਥੇ ਹੋਰ ਕੰਮ ਕੀਤੇ ਨੇ ਉੱਥੇ ਆਪਣੀ ਸਿਕਿਉਰਿਟੀ ਦਾ ਵੀ ਇੰਤਜ਼ਾਮ ਕਰ ਵਾਹਿਗੁਰੂ ਖਾਲਸਾ ਧੰਨਵਾਦੀ ਹਾਂ ਸੋਹਲ ਸਾਹਿਬ ਹੋਰਾਂ ਦਾ ਹੁਣ ਮੈਂ ਬੇਨਤੀ ਕਰਾਂਗਾ ਮੇਰੇ ਸਤਿਕਾਰਯੋਗ ਵੀਰ ਭਾਈ ਜੋਤੀ ਸਾਹਿਬ ਆਪ ਜੀ ਨੂੰ ਸੁਣਨ ਵਾਸਤੇ ਇਸ ਚੀਜ਼ 'ਤੇ ਚਾਨਣਾ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸਟੇ ਸਕੱਤਰ ਦੀ ਸੇਵਾ ਕਰ ਰਿਹਾ ਸੀ 7 ਵਜੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਮੈਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਮੈਂ ਉਸ ਵੇਲੇ ਅਨਾਊਂਸਮੈਂਟ ਕੀਤੀ ਅਤੇ ਸੰਗਤ ਦੇ ਵਿੱਚ ਇੱਕ ਵਾਰ ਕੰਪਨੀ ਹੋਰ ਛਿੜ ਗਈ ਪਰ ਇਹ ਇੱਕ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਜੋ ਭਾਣਾ ਵਰਤਿਆ ਹੈਗਾ ਸਭ ਤੋਂ ਦੁਖਦਾਈ ਗੱਲ ਇਹ ਆ ਕਿ ਸਿੱਖ ਕੌਮ ਜੋ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਨਾਨਕ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ 'ਤੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਆ ਤਾਂ ਹੋਰ ਵੀ ਜ਼ਿਆਦਾ ਦੁੱਖ ਹੁੰਦਾ ਹੈ ਇਸ ਲਈ ਕਿਸੇ ਹੋਰ ਕੌਮ ਨੂੰ ਜ਼ਿਆਦਾ ਦੋਸ਼ੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੁਝ ਆਦਮੀ ਹੁੰਦੇ ਆ ਉਹ ਸਾਰੀਆਂ ਕੌਮਾਂ ਦੇ ਵਿੱਚ ਹੀ ਹੁੰਦੇ ਆ ਜੋ ਇਸ ਤਰ੍ਹਾਂ ਦੀ ਹਰਕਤ ਕਰ ਜਾਂਦੇ ਆ ਅਤੇ ਗੁਰਦੁਆਰਾ ਸਾਹਿਬ ਸੈਨਵਜੇ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਜਿਹੜਾ ਵਿਸਥਾਪਨ ਹੈਗਾ ਉਸ ਦੀ ਸੰਗਤ ਦੇ ਨਾਲ ਪੂਰੀ ਇਸ ਦੁਖਦਾਈ ਘਟਨਾ ਦੇ ਵਿੱਚ ਹਮਦਰਦੀ ਪ੍ਰਗਟ ਕੀਤੀ ਜਾਂਦੀ ਆ ਅਤੇ ਜੇ ਕਿਤੇ ਵੀ ਸਾਡੀ ਕਮੇਟੀ ਦੀ ਉਹਨਾਂ ਨੂੰ ਲੋੜ ਹੋਵੇਗੀ ਅਸੀਂ ਉਹ ਉਹਨਾਂ ਦੇ ਹਰ ਸੰਭਵ ਸਹਾਇਤਾ ਕਰਾਂਗੇ ਅਤੇ ਇੱਥੇ ਵੀ ਅਸੀਂ ਸੰਗਤ ਨੂੰ ਵਿਸ਼ਵਾਸ ਦਿਵਾਉਣੇ ਹਾਂ ਕਿ ਇੱਥੋਂ ਦੀ ਲੋਕਲ ਪੁਲਿਸ ਦੇ ਨਾਲ ਮਿਲ ਕੇ ਅਸੀਂ ਜੋ ਵੀ ਸਕਿਉਰਿਟੀ ਦਾ ਪ੍ਰਬੰਧ ਕਰ ਸਕਦੇ ਹੋਏ ਕਰਾਂਗੇ ਵੈਸੇ ਇੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਨ ਦੀ ਆਸ ਨਹੀਂ ਹੈ ਕਿਉਂਕਿ ਇੱਥੇ ਬਰਾਬਰ ਦੀਆਂ ਸਾਰੀਆਂ ਇੱਕੋ ਜਿਹੀਆਂ ਕੌਮਾਂ ਸਿੱਖ ਕੌਮ ਦੀ ਕਾਫੀ ਗਿਣਤੀ ਹੈਗੀ ਆ ਅਤੇ ਸਾਰੇ ਹੀ ਆਪਸ ਵਿੱਚ ਪ੍ਰੇਮ ਅਥਵਾਕ ਦੇ ਨਾਲ ਰਹਿ ਰਹੇ ਆ ਸਾਰੀਆਂ ਕੌਮਾਂ ਇੱਕ ਦੂਸਰੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸ਼ਾਮ ਨੂੰ ਸਾਰੀਆਂ ਕੌਮਾਂ ਜਿਹੜੀਆਂ ਆਉਂਦੀਆਂ ਅਤੇ ਦੂਸਰਾ ਮੈਂ ਸਿੱਖ ਚੈਨਲ ਦਾ ਇਸ ਪੱਖੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਦੋਂ ਵੀ ਸਿੱਖ ਕੌਮ 'ਤੇ ਕੋਈ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਵਾਪਰਦੀ ਆ ਚਾਹੇ ਰਾਜਵਾਣਾ ਦਾ ਮਸਲਾ ਹੋਵੇ ਚਾਹੇ ਗੁਰਦੁਆਰਾ ਸਾਹਿਬ ਦਵਿੰਦਰ ਸਿੰਘ ਘੁੱਡਰ ਦਾ ਮਸਲਾ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇ ਸਿੱਖ ਚੈਨਲ ਵਾਲੇ ਤੁਰੰਤ ਹੀ ਇਸ ਕਵਰੇਜ ਨੂੰ ਦੇ ਕੇ ਸਮੁੱਚੀ ਸਿੱਖ ਕੌਮ ਤੱਕ ਇਸ ਗੱਲ ਨੂੰ ਪਹੁੰਚਾ ਦਿੰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਮੈਂ ਧੰਨਵਾਦੀ ਹਾਂ ਭਾਈ ਸਾਹਿਬਾਂ ਦਾ ਜਿਹੜੇ ਕਿ ਲਗਾਤਾਰ ਪਿਛਲੇ 20-25 ਸਾਲ ਤੋਂ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਨੇ ਹਮੇਸ਼ਾ ਸੰਗਤ ਦੇ ਵਿੱਚ ਵਿਚਰਦੇ ਨੇ
ਸੋ ਆਓ ਹੁਣ ਮੈਂ ਬੇਨਤੀ ਕਰਾਂਗਾ ਜੋ ਆਪਣੀ ਸੰਗਤ ਦੇ ਮੈਂਬਰ ਇੱਕ ਹੋਰ ਮੇਰੇ ਵੀਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਸੁਣ ਜਿਹੜੀ ਦੁਖਦਾਈ ਖਬਰਾਂ ਸਵੇਰੇ ਮਿਲੀ ਆ ਇਸ ਨਾਲ ਸਾਰੀ ਸੰਗਤ ਦੇ ਵਿੱਚ ਬੜਾ ਸ਼ੋਕ ਜਿਹਾ ਫੈਲ ਗਿਆ ਪਰ ਪਰਮਾਤਮਾ ਦੀ ਜੋ ਕਰਨਾ ਉਹ ਵੀ ਜਾਣਦਾ ਅਸੀਂ ਉੱਥੇ ਦੇ ਜਿਹੜੇ ਬੰਦੇ ਸ਼ਹੀਦ ਹੋ ਗਏ ਉਹਨਾਂ ਦੇ ਸਾਰੇ ਪਰਿਵਾਰਾਂ ਨੂੰ ਸਾਡੀ ਸਾਰੀ ਸਿਮਥੀ ਹੈ ਅਤੇ ਗੁਰੂ ਘਰ ਦੇ ਜਿਹੜੇ ਪੁਲਿਸ ਪ੍ਰਬੰਧਕ ਹੈ ਉਹਨਾਂ ਨਾਲ ਵੀ ਅਸੀਂ ਪੂਰਾ ਸਹਿਯੋਗ ਦੇਣ ਨੂੰ ਤਿਆਰ ਹਾਂ ਵੈਸੇ ਇੱਥੋਂ ਤੱਕ ਇਸ ਏਰੀਏ ਦਾ ਖਿਆਲ ਹੈ ਕਿਉਂਕਿ ਇੱਥੇ ਬਹੁਤ ਸਾਰੀ ਮਿਕਸ ਕਮਿਊਨਿਟੀ ਹੈਗੀ ਹੈ ਔਰ ਸਿੱਖਾਂ ਦੀ ਵੀ ਕਾਫੀ ਹੈ ਅਤੇ ਐਸੀ ਘਟਨਾ ਇੱਥੇ ਬਹੁਤ ਚਾਂਸ ਪਰ ਫਿਰ ਵੀ ਤੁਹਾਨੂੰ ਜਾਂ ਸਿਕਿਉਰਿਟੀ ਦੇ ਤੁਹਾਨੂੰ ਜ਼ਰੂਰ ਕੰਟੈਕਟ ਕਰਾਂਗੇ ਅਤੇ ਉਹਨਾਂ ਨੂੰ ਅਪਡੇਟ ਕਰਾਂਗੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਧੰਨਵਾਦੀ ਹਾਂ ਇਹਨਾਂ ਦਾ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਤੱਖਰ ਉਹ ਆਪ ਜੀ ਨੂੰ ਕੁਝ ਮਿੰਟਾਂ ਵਾਸਤੇ ਆਪ ਸਰਵਣ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I would like to say a few words in English because the other communities also must listen to us and understand. Our religion is very pious religion and we have propagating our religion in Bay Area. But in the meantime, we do respect all the other religions too. So I request all the communities when we respect all other religions, they should also respect our Sikhism, Sikh religion. And in the meantime, the police in Wisconsin has done an excellent job. They have put their best efforts to nab the culprits and we should not panic about this incident because this is a stray incident. It can happen anywhere in the world. So I will request all our Sanghats and all our Gurdwaras nothing to panic. It can happen anywhere in the world. I can repeat that. So our heart goes to the bereaved families. If any monetary help can be required, we'll be definitely helping those people if they approach us. Otherwise also we'll try to contact those people. If they need our any help, we'll definitely extend our all possible helps. And thanks to the Sikh channel and giving me time to speak. Vaheguru Ji Ka Khalsa, Vaheguru Ji Ki Fateh. So this is our committee member, Satkarjog Bhai Inderjit Singh Ji. Now I will ask you, ਮੇਰੇ ਵੀਰ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਢਿੱਲੋਂ ਜਿਹੜੇ ਕਿ ਹਮੇਸ਼ਾ ਹੀ ਬੜੇ ਚਿਰਾਂ ਤੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਕੰਮ ਕਾਰ ਦੇ ਵਿੱਚ ਰੁੱਝੇ ਹੋਏ ਸਨ ਅਤੇ ਹੁਣ ਵੀ ਹਮੇਸ਼ਾ ਹੀ ਮੋਢੇ ਨਾਲ ਮੋਢਾ ਡਾ ਕੇ ਕਮਿਊਨਿਟੀ ਦੀ ਸੇਵਾ ਕਰ ਰਹੇ ਹਾਂ ਉਹਨਾਂ ਨੂੰ ਬੇਨਤੀ ਕਰਾਂਗਾ ਆਪਣੇ ਵਿਚਾਰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਡਾਊਟ ਕਿ ਬਹੁਤ ਦੁੱਖ ਭਰੀ ਘਟਨਾ ਸੁਣ ਕੇ ਬੜਾ ਦੁੱਖ ਹੋਇਆ ਪਰ ਸਾਰੇ ਲੋਕ ਪੁੱਛਦੇ ਨੇ ਕਿ ਤੁਹਾਡਾ ਕੀ ਰਿਐਕਸ਼ਨ ਹੈਗਾ ਇਸ ਦੇ ਬਾਰੇ ਮੇਰਾ ਪਹਿਲਾ ਰਿਐਕਸ਼ਨ ਇਹੀ ਸੀ ਜਿੰਨੀ ਇਨਫੋਰਮੇਸ਼ਨ ਹੁਣ ਤੱਕ ਮਿਲੀ ਆ ਉਹਦੇ ਬੇਸ 'ਤੇ ਕਿ ਇਹ ਘਟਨਾ ਕੋਈ ਵੱਖਰੀ ਨਹੀਂ ਗੀ ਗੁਰਦੁਆਰਾ ਸਾਹਿਬ ਹੋਈ ਹੈ ਇਸ ਗੱਲ ਦੇ ਵਿੱਚ ਹੀ ਵੱਖਰੀ ਆ ਵੱਖਰੀ ਨਹੀਂ ਗੀ ਅੱਗੇ ਕੋਲੋਰੈਡੋ ਦੇ ਵਿੱਚ ਥੀਏਟਰ 'ਚ ਸ਼ੂਟਿੰਗ ਹੋਈ ਆ ਓਕਲੈਂਡ ਨਰਸਿੰਗ ਸਕੂਲ 'ਚ ਸ਼ੂਟਿੰਗ ਹੋਈ ਆ ਕੋਲੰਬੀਨ ਹਾਈ ਸਕੂਲ 'ਚ ਸ਼ੂਟਿੰਗ ਹੋਈ ਆ ਇਹ ਸਾਰਾ ਕੁਛ ਦੇਖ ਕੇ ਤੁਹਾਨੂੰ ਇਹੀ ਚੀਜ਼ ਨਜ਼ਰ ਆਉਂਦੀ ਆ ਕਿ ਦੇਖੋ ਕਿੱਦਾਂ ਦੀ ਸੁਸਾਇਟੀ ਦੇ ਵਿੱਚ ਅਸੀਂ ਰਹਿ ਰਹੇ ਹੈਗੇ ਹਾਂ ਸੋ ਲੋਕਾਂ ਦੀ ਮੈਂਟਲ ਹੈਲਥ ਦਾ ਕੰਸਰਨ ਸਾਨੂੰ ਕਰਨਾ ਚਾਹੀਦਾ ਜਿਹੜੇ ਸਾਡੇ ਕਈ ਤਰ੍ਹਾਂ ਭਰਾ ਹੀ ਹੁੰਦੇ ਹੈਗੇ ਆ ਸਾਡੇ ਕਮਿਊਨਿਟੀ ਦੇ ਪਾਰਟ ਹੁੰਦੇ ਆ ਅਤੇ ਹੁਣ ਇਸ ਵੇਲੇ ਜਿੰਨੀ ਕੁ ਇਨਫੋਰਮੇਸ਼ਨ ਆ ਉਹਦੇ ਹਿਸਾਬ ਨਾਲ ਆਪਣੀ ਕਮਿਊਨਿਟੀ ਦਾ ਤੁਹਾਨੂੰ ਬੰਦਾ ਨਹੀਂ ਆ ਕੋਈ ਪਰ ਉਹਨਾਂ ਦੀ ਵੀ ਮੈਂਟਲ ਸਟੇਟ ਦਾ ਜਦੋਂ ਪਤਾ ਲੱਗਿਆ ਉਦੋਂ ਮੋਸਟ ਲਾਈਕਲੀ ਇਹੀ ਨਿਕਲਣਾ ਕਿ ਮੈਂਟਲੀ ਸਿੱਖ ਬੰਦੇ ਸੀਗੇ ਸੋ ਅਸੀਂ ਹੁਣ ਇਸ ਵੇਲੇ ਜਿੰਨੀ ਇਨਫੋਰਮੇਸ਼ਨ ਉਹਦੇ ਬੇਸ 'ਤੇ ਕੁਛ ਕਰ ਨਹੀਂ ਸਕਦੇ ਐਕਸੈਪਟ ਕਿ ਅਸੀਂ ਜਿਹੜੇ ਸੱਤ ਬੰਦੇ ਸੁਣਿਆ ਕਿ 7 ਪੀਪਲ ਆਰ ਡੈਡ ਅਤੇ ਬਾਕੀ ਕੁਛ ਵੂੰਡਡ ਅਤੇ ਕੁਛ ਹਾਲੇ ਵੀ ਜਿਹੜੇ ਹੈਗੇ ਆ ਟਰੈਪ ਹੋਏ ਆ ਅਤੇ ਉਹਨਾਂ ਨੂੰ ਗਨਮੈਨ ਜਿਹੜਾ ਇੱਕ ਅੰਦਰ ਹੈਗਾ ਜਾਂ ਇੱਕ ਬਾਹਰ ਬੈਠ ਗਿਆ ਹੈਗਾ ਇਹਦੇ ਬਾਰੇ ਵੀ
ਪੂਰਾ ਪਤਾ ਨਹੀਂ ਗਾ। ਤੋ ਜਦ ਸਾਰਾ ਪਤਾ ਲੱਗ ਗਿਆ ਤਾਂ ਅਸੀਂ ਜਿਹੜੇ ਬੰਦਿਆਂ ਦੇ ਉੱਥੇ ਡੈਥਸ ਹੋ ਗਈਆਂ ਜਾਂ ਵੂਨਡਿਡ ਹੋਏ ਆ ਉਹਨਾਂ ਦੀ ਅਸੀਂ ਅਰਦਾਸ ਕਰਾਂਗੇ ਅਤੇ ਬਾਕੀ ਦਿਆਂ ਦੇ ਅਤੇ ਭਲੇ ਵਾਸਤੇ ਅਰਦਾਸ ਕਰਾਂਗੇ ਕਿ ਅਸੀਂ ਇੱਦਾਂ ਦੀਆਂ ਮੁਸੀਬਤਾਂ ਸਾਨੂੰ ਇਸ ਸੁਸਾਇਟੀ ਦੇ ਵਿੱਚ ਹੀ ਨਾ ਕਰਨੀਆਂ ਪੈਣ। ਅਤੇ ਇਹਨਾਂ ਦਾ ਉਪਾਅ ਹੋਰ ਕੋਈ ਨਹੀਂ ਗਾ ਕਿ ਆਪਣਾ ਆਪ ਬਚਾਅ ਕਰੀਏ ਅਸੀਂ ਅਤੇ ਆਪਣੀ ਸਿਕਿਉਰਿਟੀ ਜਿੰਨੀ ਤੁਸੀਂ ਨੋਰਮਲੀ ਕਰ ਸਕਦੇ ਹੈਗੇ ਉਨੀ ਕੀ ਕਰੀਏ। ਡਰਨ ਦੀ ਸਾਨੂੰ ਕਿਸੇ ਨੂੰ ਲੋੜ ਨਹੀਂ ਗੀ, ਨਾ ਹੀ ਸਿੱਖ ਕਿਸੇ ਤੋਂ ਡਰਦੇ ਹੀ ਹੈਗੇ ਆ। ਜੇ ਇੱਦਾਂ ਦੀਆਂ ਘਟਨਾ ਹੁੰਦੀਆਂ ਹੀ ਰਹਿੰਦੀਆਂ ਹੈਗੀਆਂ ਅਤੇ ਜੇ ਅਸੀਂ ਉਹਨਾਂ ਦਾ ਪਾਰਟ ਹੀ ਹੈਗੇ ਹਾਂ ਤਾਂ ਵਾਹਿਗੁਰੂ ਦਾ ਭਾਣਾ ਸਮਝ ਕੇ ਹੀ ਸਾਨੂੰ ਜਿਹੜਾ ਹੈਗਾ ਮੰਨਣਾ ਚਾਹੀਦਾ। ਸੋ ਜਿੰਨਾ ਵੀ ਅਸੀਂ ਆਪਣੇ ਹਿਸਾਬ ਨਾਲ ਮੈਨੇਜਮੈਂਟ ਜੋ ਕੁਛ ਕਰ ਸਕਦੀ ਆ ਉਹ ਕਰੇਗੀ, ਜਿਹਨਾਂ ਦੇ ਜਿਹੜੇ ਹਰਟ ਹੋਇਆ ਉਹਨਾਂ ਦੀ ਜੇ ਹੈਲਪ ਕਰਨੀ ਹੋਈ ਉਹ ਕਰਨਗੇ। ਸੋ ਇੰਨਾ ਹੀ ਕਹਿੰਦਾ, ਮਾਫ਼ੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਢਿੱਲੋਂ ਹੋਣਾ ਦਾ, ਜਿਨ੍ਹਾਂ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੇ ਨੇ। ਆਓ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਮੇਰੇ ਵੀਰ ਭਾਈ ਗੁਰਜੰਟ ਸਿੰਘ ਜੀ, ਜਿਹੜੇ ਕਿ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟ ਰਹੇ ਨੇ ਅਤੇ ਇੱਥੇ ਬੇਰੀਏ ਦੇ ਵਿੱਚ ਉਹਨਾਂ ਦੀ ਆਪਣੀ ਜਿਹੜੀ ਜਥੇਬੰਦੀ ਹੈ ਉਹਦੇ ਪ੍ਰਧਾਨ ਨੇ, ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਗੁਰਜੰਟ ਸਿੰਘ ਹੈਗਾ ਜੀ, ਮੈਂ ਸਿਟੀ ਆਫ ਸੈਨ ਹਾਊਸ ਕੰਮ ਕਰਦਾ ਇੱਥੇ। ਆਵਰ ਕਮਿਊਨਿਟੀ ਇਜ਼ ਸਪਰੈਡ ਆਲ ਓਵਰ ਦਾ ਵਰਲਡ, ਸੋ ਵੀ ਕਮ ਟੂ ਆਵਰ ਗੁਰਦੁਆਰਾ ਟੈਂਪਲ ਫਾਰ ਪ੍ਰੇਅਰਸ, ਟੂ ਲਿਸਨ ਕੀਰਤਨਸ ਐਂਡ ਕਥਾਸ ਐਂਡ ਟੂ ਕੀਪ ਆਵਰ ਜਨਰੇਸ਼ਨ ਟੱਚ ਇਨ ਆਵਰ ਰਿਲੀਜਨ। The incident happened in Wisconsin temple today is very unfortunate. So today our prayers from our Gurdwara committee and from our whole committee living in the Bay Area, all community, our prayers go to the victims and their families. So ਸਾਡੀ ਕਮਿਊਨਿਟੀ ਨੂੰ ਮੇਰੇ ਵੱਲੋਂ ਇਹ ਸੰਦੇਸ਼ ਹੈਗਾ ਕਿ ਇਸ ਨੂੰ ਇਹ ਨਾ ਸੋਚੋ ਕਿ ਇਹ ਘਟਨਾ ਜਿਹੜੀ ਹੈਗੀ ਹੈ ਗੁਰਦੁਆਰਾ ਸਾਹਿਬ ਵਿਖੇ ਹੋਈ ਹੈ ਕਿ ਸਾਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਸੰਕੋਚ ਕਰਨਾ ਚਾਹੀਦਾ, ਸੰਗਤ ਜਿਹੜੀ ਹੈਗੀ ਹੈ ਆਉਣੀ ਘੱਟ ਜਾਵੇ। ਇਹੋ ਜਿਹੀਆਂ ਘਟਨਾਵਾਂ ਅਸੀਂ ਹਰ ਰੋਜ਼ ਸੁਣਦੇ ਹਾਂ ਕਿ ਬਾਹਰ ਜਿੱਥੇ ਅਸੀਂ ਮੂਵੀ ਥੀਏਟਰਾਂ ਦੇ ਵਿੱਚ ਜਾਂ ਸ਼ਾਪਿੰਗ ਸੈਂਟਰਾਂ ਦੇ ਵਿੱਚ ਵੀ ਹੋ ਰਹੀਆਂ ਨੇਗੀਆਂ। ਇਹ ਕੋਈ ਘਟਨਾ ਐਸੀ ਘਟਨਾ ਨਹੀਂ ਹੈ ਕਿ ਇਹ ਸਿੱਖ ਕੌਮ ਦੇ ਉੱਤੇ ਕਿਸੇ ਨੇ ਕੋਈ ਜਾਣ ਬੁੱਝ ਕੇ ਜਾਹਿਰ ਕੀਤੀ ਹੋਵੇ। ਬਹੁਤ ਸਾਰੇ ਲੋਕ ਇਹ ਤਰ੍ਹਾਂ ਦੇ ਹੈਗੇ ਆ, ਇਹ ਘਟਨਾ ਕਿਤੇ ਵੀ ਘਟ ਸਕਦੀ ਹੈ। ਮੇਰੀ ਸਾਰੀ ਸੰਗਤ ਨੂੰ, ਸਿੱਖ ਕਮਿਊਨਿਟੀ ਨੂੰ ਬੇ ਏਰੀਏ ਦੇ ਵਿੱਚ ਜੋ ਰਹਿ ਰਹੇ ਨੇ, ਬੇਨਤੀ ਹੈ ਕਿ ਇਸ ਨੂੰ ਇਹ ਨਾ ਸਮਝਿਓ ਕਿ ਅਸੀਂ ਗੁਰਦੁਆਰਾ ਸਾਹਿਬ ਜਾਣ ਤੋਂ ਘੱਟ ਜਾਈਏ। ਅੱਗੇ ਨਾਲੋਂ ਵੀ ਵੱਧ ਚੜ ਕੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਆਓ ਅਤੇ ਸੰਗਤ ਦਾ ਸਹਿਯੋਗ ਦਿਓ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦਿਓ। ਮੈਂ ਸਿੱਖ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਇੱਥੇ ਪਹੁੰਚੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਗੁਰਚਰਨ ਸਿੰਘ ਹੋਣਾ ਦਾ। ਸੋ ਆਓ ਜੋ ਵਿਚਾਰ ਆਪ ਸੰਗਤ ਨੇ ਸਰਵਣ ਕੀਤੇ ਨੇ, ਜਿਹੜੀਆਂ ਖਬਰਾਂ ਆਪ ਜੀ ਨੇ ਹੁਣ ਤੇ ਸੁਣ ਲਈਆਂ ਨੇ, ਸ਼ਾਇਦ ਤੁਹਾਨੂੰ ਸਾਡੇ ਨਾਲ ਪਹਿਲਾਂ ਪਤਾ ਲੱਗ ਜਾਏਗਾ ਕਿਉਂਕਿ ਸਾਨੂੰ ਤੇ ਤਕਰੀਬਨ ਘੰਟਾ ਹੋ ਗਿਆ ਉਥੋਂ ਬਾਅਦ ਨਿਊਜ਼ ਸੁਣਿਆ ਨੇ। ਜਿਸ ਤਮ ਅਸੀਂ ਸੁਣਿਆ ਸੀ ਉਸ ਵੇਲੇ ਤਕਰੀਬਨ 6 ਬੰਦੇ ਜੋ ਨੇ ਉਹ ਆਪਣੇ ਸਿੱਖ ਸੀ ਅਤੇ 7ਵਾਂ ਜਿਹੜਾ ਹੈ ਉਹ ਗੋਰਾ ਜੋ ਹਾਈਜੈਕਰ ਹੈ ਉਸ ਦੀ ਡੈਥ ਹੋਈ ਹੈ। ਸੋ 7 ਬੰਦੇ ਉੱਥੇ ਮਰੇ ਨੇ ਅਤੇ ਇੱਕ ਜਿਹੜੇ ਪੁਲਿਸ ਵਾਲੇ ਨੇ ਗੋਲੀ ਚਲਾਈ ਸੀ ਹਾਈਜੈਕਰ ਦੇ ਉੱਤੇ, ਹਾਈਜੈਕਰ ਨੇ ਵਾਪਸ ਉਸ 'ਤੇ ਗੋਲੀਆਂ ਚਲਾਈਆਂ ਅਤੇ ਪੁਲਿਸ 'ਤੇ ਤਕਰੀਬਨ 4-5 ਗੋਲੀਆਂ ਲੱਗੀਆਂ ਉਸ ਦੇ ਆਪਣੇ, ਜਿਹੜਾ ਕਿ ਹੁਣ ਪੁਲਿਸ ਵਾਲਾ ਹੋਸਪਿਟਲ ਹੈ। ਸੋ ਪੁਲਿਸ ਕਾਫੀ ਮਦਦ ਕਰ ਰਹੀ ਹੈ, ਇਸ ਦਾ ਇਹ ਧੰਨਵਾਦ ਦਾ ਹੱਕਦਾਰ ਨੇ। ਸੋ ਧੰਨਵਾਦੀ ਹਾਂ ਸੋ ਸਮੂਹ ਸੰਗਤਾਂ ਦਾ, ਸੈਨਜੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਅਤੇ ਸਾਰੇ ਹੀ ਵੀਰ ਜੋ ਮੇਰੇ ਇੱਥੇ ਖਾਸ ਕਰਕੇ ਚੈਨਲ 'ਤੇ ਟੌਕ ਦੇ ਵਿੱਚ ਗੱਲਬਾਤ ਦੇ ਵਿੱਚ ਹਿੱਸਾ ਲਿਆ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦੀ ਹਾਂ। ਆਓ ਹੁਣ ਮੈਂ ਬੇਨਤੀ ਕਰਾਂਗਾ ਆਪ ਜੀ ਨੂੰ ਮੇਰੇ ਵੀਰ
ਮੇਰੇ ਬੱਚਿਆਂ ਵਰਗੇ ਭਾਈ ਅਮਨ ਜੀ ਆਪ ਜੀ ਨੂੰ ਦੱਸਣਗੇ ਥੈਂਕ ਯੂ ਵੈਰੀ ਮਚ ਭਾਈ ਸਾਹਿਬ ਜੀ Okay, so you've heard it from the Gurdwara Committee. We're now going to go on the move and chat with General Sangat and get their views on what's happened. So now you've got to realize that Gurdwaras in the United States, especially in California, they're very close-knit communities. So if this happened in their community, it would send great, great shock throughout the entire community, not only the local area, but the entire state, the entire country. So we're going to ask a few people about whether they have heard the news and what they think about it and what their emotions were. Again, you'll have to excuse us that some people have just woken up to the news this morning, so they might not know. They might have come to the Gurdwara first thing. So let's ask Bhai Saab here. Have you heard the news this morning? Yeah, I just heard, yeah. Okay, what were your initial thoughts and reactions to it? Very shocking. I mean, trying to see something like this happen to our community is very shocking. Gives us kind of some important... basically trying to get the word about Sikhism so this type of thing doesn't happen again. Okay, what do you think? I mean, you come to San Jose Gurdwara. Are you a local here? I'm from Sacramento. You're from Sacramento. So what would be your reaction be if it was your Gurdwara, if you woke up this morning and found out that it was your Gurdwara that was being attacked? What would the sort of reaction in the immediate area be? What would the people be doing and what would be happening, do you think? There's going to be a lot of emotion involved, anger, sadness, of course, and then just... mainly trying to get through the process and hope the families of the victims are happy, are going through it as well. Do you think this raises concerns about Gurdwara security? Yes, of course, yeah. But yet again, this is a place of worship and we should feel safe here. You know, out of all the places, this is one of the places that we should feel safe. But do you think that we should look into Gurdwara security a bit more now after this event, or do you still think that it should still be as open as it is? It's a tough question, but bringing like one security guard wouldn't hurt, especially after this event as well. Okay, thank you, Benji. If we can very quickly talk to you, have you heard the news from Wisconsin? Okay, what were your sort of initial thoughts and reactions to it? Angry, of course. Sadness at the same time. I do feel for the family. But at the same time, like you said, if it happened here, I wouldn't know what to do. That's the thing. Do you think it could happen here, even in California, even though we're a few states apart? Do you think that it could happen here? Yeah. Just because people's... whole mentality of us Muslim relating us to Muslims and everything is going on right now, I think it could. You always have to keep in mind that it can happen anywhere. Even though other states were more culture-oriented, but still, it can happen here. Do you think that we should be taking more steps, or the Gurdwara should be taking more steps to improve security? Do you think that's important now? I think these times, yes, it is. Even like my brother said, like one security guard wouldn't hurt. Just because, so the outsider can know that, oh yeah, we don't want to go to here just because they have a security guard or anything. Just having one security guard wouldn't hurt. It doesn't gonna disrupt like our, you know, prayers or anything. But I think it's important just because the times are getting worse and worse now. So it's important. Okay. Thank you for your thoughts. Thank you. Okay, we're going to move on, just get a few more thoughts from people as to what's happened in Wisconsin. So you've heard it from two members from California, where we're currently live right now, that Gurdwara security should be improved after the events. And I think it sounds like it will raise the debate again as to security in Gurdwaras. Even though these events don't take place that much in our Gurdwaras, such events, especially from outside communities, I mean, you're hearing in the news that this was a white man that came into the Gurdwara and took members of the Sangat hostage, about 20 people hostage. So let's get some more thoughts from people as to what they think.
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤੁਸੀਂ ਸੁਣਿਆ ਸਵੇਰੇ ਕਿ ਕੀ ਹੋਇਆ ਮਿਲਵੋਕੀ 'ਚ? ਮੈਨੂੰ ਹੁਣੇ ਸੁਣਿਆ ਸੀ ਕਿ ਹਾਸਟੇਜ ਹੋਏ ਸੀ, ਤਾਂ ਮੈਨੂੰ ਹੁਣ ਪਤਾ ਨਹੀਂ ਜ਼ਿਆਦਾ ਖਬਰ ਦਾ। ਹਾਂਜੀ ਉਸ ਵਿੱਚ ਰਿਪੋਰਟ ਆਈ ਕਿ ਦੇ ਪੋਸੀਬਲੀ ਕਿ ਬੰਦੇ ਵਿੱਚ ਮਰੇ ਵੀ ਆ, ਅਤੇ ਜਿਹੜਾ ਪੁਲਿਸ ਆਫਿਸਰ ਸੀਗਾ ਇੱਕ ਉਹ ਵੀ ਸ਼ਾਟ ਹੋ ਗਿਆ, ਅਤੇ ਜਿਹੜਾ ਗਨਮੈਨ ਸੀਗਾ ਜਿਹਨੇ ਹਾਸਟੇਜ ਲਿਆ ਸੀਗਾ ਉਹਨੂੰ ਮਾਰ ਦਿੱਤਾ, ਹੀ ਇਜ਼ ਡੈਡ। ਪਰ ਤੁਹਾਡੇ ਸੋਚ ਕੀ ਆਇਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਮਿਲਵੋਕੀ ਦੇ ਵਿੱਚ ਇਹ ਹੋ ਰਿਹਾ? ਮੈਂ ਜਿੱਦਾਂ ਸੋਚਦੇ ਸੀ ਕਿ ਇੱਦਾਂ ਦੀ ਜਿੱਦਾਂ ਇਵੈਂਟ ਹੁਣ ਦੇ ਟਾਈਮ 'ਚ ਕਿੱਦਾਂ ਹੋ ਸਕਦਾ, ਯੂ ਨੋ 21st ਸੈਂਚਰੀ, ਯੂ ਨੋ ਦੇਅਰ ਇਜ਼ ਨੋ ਐਵਰੀਵਨ ਇਜ਼ ਐਜੂਕੇਟਿਡ ਇਨ ਸਿੱਖਿਜ਼ਮ, ਐਂਡ ਆਈ ਵਾਸ ਜਸਟ ਸਰਪ੍ਰਾਈਜ਼ਡ ਹਾਓ ਦਿਸ ਕਾਈਂਡ ਆਫ ਇਵੈਂਟ ਕੁਡ ਸਟਿਲ ਹੈਪਨ, ਦਿਸ ਕਾਈਂਡ ਆਫ ਹੇਟ ਕ੍ਰਾਈਮਸ ਕੁਡ ਸਟਿਲ ਹੈਪਨ। ਵਟ ਡੂ ਯੂ ਥਿੰਕ ਅਬਾਊਟ ਗੁਰਦੁਆਰਾ ਸਿਕਿਉਰਿਟੀ? ਡੂ ਯੂ ਥਿੰਕ ਦੈਟ ਮੋਰ ਸ਼ੁਡ ਬੀ ਡਨ ਇਨ ਆਰ ਗੁਰਦੁਆਰਾਸ ਟੂ ਇਨਸ਼ੋਰ ਸਿਕਿਉਰਿਟੀ? ਯਾ ਆਈ ਥਿੰਕ ਮੋਰ ਸ਼ੁਡ ਬੀ ਡਨ ਟੂ ਇਨਸ਼ੋਰ ਸਿਕਿਉਰਿਟੀ, ਐਂਡ ਦੇਅਰ ਸ਼ੁਡ ਬੀ ਪੀਪਲ ਸਿਕਿਉਰਿਟੀ ਕੈਮਰਾਸ and people standing guard, cuz guess you know these kind of events could have still happen even though you know it's God willing no, it won't. What kind of steps do you think gurdwaras can take to ensure that it doesn't happen? Well, they should have more security cameras, they should at least educate the community around the gurdwara in Sikhism and in schools around the community, and they should have like standing, you know, security guards around the gurdwara, you know, just to educate the people that come to Gurdwara, like foreigners, just to see what's going on. And I think that could help us as a community. Okay, thank you, Viji. We're going to move on, just get another opinion. You can just imagine it. You're sitting in a Gurdwara Sahib, and you're listening to the Kirtan, listening to the Katha, and all of a sudden, somebody comes in, storms in, takes you hostage. And you're in that situation. Just imagine what that's like, and that's exactly what's happened in Milwaukee today, on a Sunday as well, on a Sunday, on a busy day where the congregation gathers. In California, in America, Sangat normally tend to gather on Wednesdays and Sundays, in particular Wednesday evenings and Sundays during the day, and they gather sort of midweek as well. So there are probably a lot of people at the Gurdwara. Now, there were also reports of mothers sitting outside waiting to hear news about their kids that were inside, that they had sent to the Gurdwara in the morning. Just imagine what that would feel like. You know, you have kids, young kids, and you're helpless. They're inside, they're taken hostage by some madman, and you're helpless. You're sitting there and you're waiting for news about what's happened to your kids. You don't know whether they're alive or not. So we'll get some reactions from some young kids while we're at it. So, one second. Okay, Waheguru Ji Ka Khalsa, Waheguru Ji Ki Fateh. Okay, have you heard the news in Milwaukee coming from Milwaukee this morning? Yeah. Okay, what were your initial reactions to it? Just imagine if you were in that position as well, what would you do? That would be really scary, to be honest, and I don't know what I would do. I'd probably just pray, you know, hope that everyone's like all right and stuff. Yeah. Okay, Guru Kaur, what was your initial reactions when you heard the news this morning? I actually didn't hear about it, but I heard about it from my brother, and I don't know, that's just scary that stuff goes on at the Gurdwara. It's like gotten to a point where like this shouldn't be happening here, so I don't know what I do. So you're here now, you're walking around the Gurdwara, it looks like you feel pretty safe. Even though there's not much security around, do you feel safe? Yeah, I feel safe because, you know, this is just like a community and we're supposed to love each other, and it's pretty safe place, but right now I'm kind of scared, you know. It's just like anything can happen anywhere. So. Guru, what do you think about the security in Gurdwaras now? I mean, after this event, it happened to a Gurdwara just like San Jose Gurdwara. What do you think about security in Gurdwaras now? I don't know. I think a lot of people, I don't know, I guess they're kind of scared now because they've heard about it. I'm going to still keep coming. I mean, whatever happens, it's not going to like deter me from coming. But I mean, I guess everyone's just going to be aware of the fact that it can happen. So. Do you think this raises the debate, the discussion about security in Gurdwaras? And what do you think Gurdwaras can do? I mean, it's having security cameras and stuff is fine, but when somebody's actually inside your Gurdwara as a, you know, in a flash and taking over the Sangha and holding them hostage, what do you think can be sort of done to prevent those kind of measures?
I think it would just need more security people actually aware of it, and the Sangat should know and be aware of the fact that it can happen, because I don't know how many people actually know about it. So just as long as everyone knows that it can happen and know what to do if it happens, and because it's also very possible for any Gurdwara. It happened in Fremont a while ago. So. Okay, Sej, do you think that Gurdwara security should be improved as well? And if so, how? How do you think Gurdwaras can improve security to prevent such things happening? I think that they should maybe, you know, hire some security guards around. But like Gurup said, that everyone should be aware of, like, the stuff that can happen, and they should know what to do if it does happen. So, yeah. Okay. Thank you both. And that's it for the time being from Sikh Channel USA, and we're going to go over back to you in the UK. So we were coming live from San Jose in California. Thank you, and you're watching Sikh Channel. Waheguru Ji Ka Khalsa, Waheguru Ji Ki Fateh.